ਅਵਾਜੀ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਮੁੱਖ ਖਬਰਾਂ ਦੇ ਇੱਕ ਨਜ਼ਰ ਮਾਰਦੇ ਹਾਂ। ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਦੀ ਸਹੂਲਤ ਦੇ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੀਬੇ ਦੇ ਲਈ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ। ਕੈਪਟਨ ਨੇ ਕਿਹਾ ਕਿ ਟਰਾਂਸਪੋਰਟ ਮਹਿਕਮਾ ਵਾਹਨਾਂ ਦੀ ਟਰੈਕਿੰਗ ਦੇ ਲਈ ਸਾਰੀਆਂ ਸਰਕਾਰੀ ਤੇ ਨਿੱਜੀ ਬੱਸਾਂ ਵਿੱਚ GPS ਸਿਸਟਮ ਲਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੰਗਾਮੀ ਹਾਲਾਤ ਦੇ ਲਈ ਪੈਨਿਕ ਬਟਨ ਵੀ ਹੋਵੇਗਾ। ਕੈਪਟਨ ਨੇ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਇਹ ਪ੍ਰਕਿਰਿਆ ਮੁਕੰਮਲ ਹੋਣ ਦੇ ਨੇੜੇ ਤੇ ਹੈ ਅਤੇ ਨਿੱਜੀ ਆਪਰੇਟਰਾਂ ਨੂੰ 31 ਅਗਸਤ ਤੱਕ ਇਸ ਨੂੰ ਪੂਰਾ ਕਰਨ ਲਈ ਆਖਿਆ ਗਿਆ ਹੈ। ਬੀਬੀਆਂ ਖਿਲਾਫ ਜੁਰਮ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬੀਬੇ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ RSS ਦੇ ਖਿਲਾਫ ਕਮੇਟੀ ਦੇ ਜਨਰਲ ਹਾਊਸ ਵਿੱਚ ਵੱਡਾ ਮਤਾ ਪਾਸ ਕੀਤਾ ਗਿਆ। ਪਾਸ ਕੀਤੇ ਗਏ ਮਤੇ ਦੇ ਵਿੱਚ ਉਹਨਾਂ ਨੇ ਕਿਹਾ ਕਿ RSS ਦੂਜੇ ਚਰਮਾਂ ਅਤੇ ਘੱਟ ਗਿਣਤੀ ਦੀ ਆਜ਼ਾਦੀ ਨੂੰ ਦਬਾ ਰਹੀ ਹੈ। ਇਸ ਦੇ ਨਾਲ ਹੀ RSS ਦੇਸ਼ ਨੂੰ ਹਿੰਦੂ ਰਾਸ਼ਟਰ ਵੀ ਬਣਾਉਣਾ ਚਾਹੁੰਦੀ ਹੈ। ਦੱਸ ਦਈਏ ਕਿ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਇਜਲਾਸ ਦੇ ਦੌਰਾਨ ਪਾਸ ਕੀਤੇ ਗਏ ਇੱਕ ਮਤੇ ਦੇ ਰਾਹੀਂ ਭਾਰਤ ਅੰਦਰ ਸਿੱਖਾਂ ਸਮੇਤ ਘੱਟ ਗਿਣਤੀ ਨੂੰ ਦਬਾਉਣ ਵਾਲੀਆਂ ਚਾਲਾਂ ਦੀ ਸਖ਼ਤ ਵਿਰੋਧਤਾ ਕੀਤੀ ਗਈ। ਕਿਹਾ ਗਿਆ ਕਿ ਭਾਰਤ ਇੱਕ ਬਹੁ ਧਰਮੀ, ਬਹੁ ਭਾਸ਼ਾਈ ਅਤੇ ਬਹੁ ਵਰਗੀ ਦੇਸ਼ ਹੈ। ਇਸ ਦੀ ਆਜ਼ਾਦੀ ਵਿੱਚ ਹਰ ਇੱਕ ਧਰਮ ਦਾ ਵੱਡਾ ਯੋਗਦਾਨ ਹੈ। ਖਾਸ ਕਰਕੇ ਸਿੱਖਾਂ ਨੇ 80% ਤੋਂ ਵੱਧ ਕੁਰਬਾਨੀ ਦਿੱਤੀਆਂ, ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ RSS ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਚਾਲਾਂ ਦੇ ਮੱਦੇਨਜ਼ਰ ਦੂਜੇ ਧਰਮਾਂ ਦੀ ਧਾਰਮਿਕ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਹੈ। ਸਿੱਧੇ ਅਤੇ ਸਿੱਧੇ ਰੂਪ ਦੇ ਵਿੱਚ ਦਖਲਅੰਦਾਜ਼ੀ ਕਰਕੇ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਤੇ ਦੇ ਰਾਹੀਂ ਭਾਰਤ ਸਰਕਾਰ ਨੂੰ ਸੁਚੇਤ ਕੀਤਾ ਗਿਆ ਕਿ ਉਹ RSS ਵੱਲੋਂ ਆਰੰਭੀਆਂ ਕੋਸ਼ਿਸ਼ਾਂ ਨੂੰ ਲਾਗੂ ਕਰਨ ਲਈ ਤਤਪਰ ਹੋਣ ਦੀ ਥਾਂ ਹਰ ਧਰਮ ਦੇ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਨੂੰ ਸੁਰੱਖਿਅਤ ਬਣਾਉਣ ਲਈ ਕਾਰਜ ਕਰੇ। ਜਿਹੜੇ ਵੀ ਅੰਸਰ ਘੱਟ ਗਿਣਤੀ ਨੂੰ ਦਬਾਉਣ ਦਾ ਯਤਨ ਕਰਦੇ ਹਨ ਉਹਨਾਂ ਨੂੰ ਨਕੇਲ ਪਾਈ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬੇ ਵਿੱਚ ਕੋਵਿਡ ਦੀ ਸਥਿਤੀ ਜੋ ਕਿ ਕੇਸਾਂ ਤੇ ਮੌਤਾਂ ਦੀ ਗਿਣਤੀ ਵਧਣ ਦੇ ਨਾਲ ਵੱਡੇ ਪੱਧਰ ਤੇ ਪਹੁੰਚ ਗਈ ਹੈ, ਇਸ ਵਿੱਚ ਅਗਲੇ ਹਫ਼ਤੇ ਤੱਕ ਸੁਧਾਰ ਨਾ ਹੋਏ ਤਾਂ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ। ਸਿਹਤ ਪ੍ਰਸ਼ਾਸਨਿਕ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਮੁੜ ਸਮੀਖਿਆ 8 ਅਪ੍ਰੈਲ ਨੂੰ ਕੀਤੀ ਜਾਵੇਗੀ ਅਤੇ ਜੇ ਕੋਵਿਡ ਦਾ ਵਾਧਾ ਬੇਕਾਬੂ ਰਿਹਾ ਤਾਂ ਹੋਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਉਹਨਾਂ ਕਿਹਾ ਕਿ ਮੈਂ 1 ਹਫ਼ਤੇ ਤੱਕ ਪਰਿਸਥਿਤੀਆਂ ਦੇਖਾਂਗਾ ਅਤੇ ਫਿਰ ਜੇ ਕੋਈ ਸੁਧਾਰ ਨਾ ਹੋਇਆ ਤਾਂ ਸਾਨੂੰ ਸਖ਼ਤ ਪਾਬੰਦੀਆਂ ਲਗਾਉਣੀਆਂ ਪੈ ਸਕਦੀਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਾਨ ਦੇਣ ਵਾਲੀ ਸੰਗਤ ਇਨਕਮ ਟੈਕਸ ਤੋਂ ਛੋਟ ਲੈ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਪੇਟਾ ਕਰਨ ਵਾਲੀਆਂ ਸੰਗਤਾਂ ਨੂੰ ਹੁਣ ਟੈਕਸ ਤੋਂ ਛੋਟ ਮਿਲੇਗੀ। ਇਸ ਛੋਟ ਨੂੰ ਪਾਉਣ ਲਈ ਲੋਕਾਂ ਨੂੰ ਆਪਣੀ ITI ਰਿਟਰਨ ਭਰਦੇ ਸਮੇਂ 80G ਕਾਰਨ ਵਿੱਚ ਦਾਨ ਕੀਤੀ ਗਈ ਰਕਮ ਦਾ ਉਲੇਖ ਕਰਨਾ ਪਵੇਗਾ। ਉਹਨਾਂ ਦੱਸਿਆ ਕਿ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਸਨ। ਦੂਜੇ ਪਾਸੇ ITI ਤਹਿਤ ਮਿਲੀ ਜਾਣਕਾਰੀ ਦੇ ਅਨੁਸਾਰ ਪਹਿਲਾਂ ਇਹ ਛੋਟ 965 ਵਿੱਚ ਮਿਲ ਰਹੀ ਸੀ, ਪਰ SCPC ਦੇ ਮੌਜੂਦਾ ਉੱਚ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ SCPC ਦੇ ਸਾਲ 2007 ਵਿੱਚ 80G5 ਦੇ ਤਹਿਤ ਸੰਗਤ ਨੂੰ ਇਹ ਛੋਟ ਦਿਵਾਉਣ ਲਈ ਇਨਕਮ ਟੈਕਸ ਅਦਾਰੇ ਦੇ ਅਰਜ਼ੀ ਦਿੱਤੀ ਗਈ ਸੀ। 6 ਸਾਲਾਂ ਤੱਕ ਜਦੋਂ ਇਸ ਅਰਜ਼ੀ ਦਾ ਕੋਈ ਜਵਾਬ ਨਹੀਂ ਆਇਆ ਤਾਂ 2013 ਵਿੱਚ ਉਹਨਾਂ ਨੇ ਅਪੀਲ ਦਰਜ ਕੀਤੀ। ਇਸ ਅਪੀਲ ਦੇ ਤਹਿਤ ਉਹਨਾਂ ਨੇ ਦੱਸਿਆ ਕਿ ਧਾਰਮਿਕ ਸੰਸਥਾ ਨੂੰ ਇਹ ਛੋਟ ਨਹੀਂ ਮਿਲ ਸਕਦੀ। ਇਸ ਤਹਿਤ ਹੁਣ ਸੰਗਤਾਂ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀਆਂ ਨੇ। ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਮਈ ਦੇ ਪਹਿਲੇ ਪੰਦਰਵਾੜੇ ਦੇ ਦੌਰਾਨ ਸੰਸਦ ਕੂਚ ਕਰਨ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿੰਘੂ ਮੋਰਚੇ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਸੰਸਦ ਵੱਲ ਕੂਚ ਕਰਨ ਦਾ ਐਲਾਨ ਕੀਤਾ। ਕੂਚ ਦੀ ਤਾਰੀਖ ਦਾ ਐਲਾਨ ਅਗਲੇ ਦਿਨਾਂ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਅੰਦੋਲਨ ਸ਼ਾਂਤਮਈ ਰਹੇਗਾ ਅਤੇ ਇਸ ਵਿੱਚ ਕਿਸਾਨਾਂ ਦੇ ਨਾਲ ਮਜ਼ਦੂਰ, ਔਰਤਾਂ ਅਤੇ ਹੋਰ ਵਰਗ ਵੀ ਸ਼ਾਮਲ ਹੋਣਗੇ। ਚੜੂਨੀ ਨੇ ਕਿਹਾ ਕਿ ਸੰਸਦ ਕੂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕਰਕੇ ਰਣਨੀਤੀ ਬਣਾਈ ਗਈ ਹੈ। ਇਸ ਵਿੱਚ ਕਿਸਾਨ ਪੈਦਲ ਖਾਲੀ ਹੱਥ ਜਾਣਗੇ ਅਤੇ ਕਿਸੇ ਉੱਤੇ ਹੱਥ ਨਹੀਂ ਚੁੱਕਣਗੇ। ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਪੁਰਾਣੇ ਰੰਜਿਸ਼ ਦੇ ਚੱਲਦਿਆਂ ਸਨੀ ਨਾਮ ਦੇ ਇੱਕ ਨੌਜਵਾਨ ਨੇ ਸੂਰਜ ਨਾਮੀ ਨੌਜਵਾਨ ਦੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ ਅਤੇ ਘਰ ਦੇ ਬਾਹਰ ਖੜੀ ਇੱਕ ਬਾਈਕ ਤੋੜ ਦਿੱਤੀ ਗਈ ਅਤੇ ਗੋਲੀਬਾਰੀ ਵੀ ਕੀਤੀ ਗਈ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਹਾਂਜੀ, ਆਪਣਾ ਨਾਮ ਦੱਸ ਦਿਓ ਸਰ। ਪੱਪਲ ਹੈਗਾ ਜੀ ਮਹੱਲੇ ਨਾਂ, ਉਹਦਾ ਕਪਿਲ ਵੱਜਦਾ ਜੀ ਕਸਟਮਰ ਆ ਕੇ। ਸਰ ਇਹ ਸੰਧੂ ਕਲੋਨੀ ਆ। ਕੀ ਗੱਲ ਹੋਈ ਸਰ? ਪਹਿਲੇ ਚਾਰ ਮਹੀਨੇ ਪਹਿਲੇ ਦੀ ਗੱਲ ਆ। ਕੁੜੀ ਦਾ ਮਤਲਬ ਮੈਟਰ ਸੀ ਕਿ ਉਹਨਾਂ ਦੀ ਨੂੰਹ ਨੂੰ ਛੇੜਿਆ ਗਿਆ ਮੇਰੇ ਛੋਟੇ ਭਰਾ ਵੱਲੋਂ, ਜਦਕਿ ਮੇਰੇ ਭਰਾ ਨੇ ਨਹੀਂ ਛੇੜਿਆ ਸੀ। ਉਹ ਚਲੋ ਛੇੜਿਆ, ਉੱਥੇ ਥਾਣੇ ਵੀ ਗੱਲ ਗਏ, ਥਾਣੇ ਵੀ ਜਾ ਕੇ ਰਾਜੀਨਾਮਾ ਸਭ ਕੁਝ ਹੋ ਗਿਆ। ਉੱਥੇ ਮੇਰੇ ਭਰਾ ਨੇ ਕਬੂਲ ਵੀ ਕੀਤਾ ਕਿ ਭੈਣ ਤੂੰ ਮੇਰੇ ਗੁੱਟ 'ਤੇ ਰੱਖੜੀ ਬੰਨ੍ਹ ਦੇ, ਸਾਰੇ ਇਹਨਾਂ ਦੇ ਸਾਰੀ ਫੈਮਿਲੀ ਦੇ ਸਾਹਮਣੇ ਕਿਹਾ ਕਿ ਗੁੱਟ 'ਤੇ ਰੱਖੜੀ ਬੰਨ੍ਹ ਦੇ। ਰੱਖੜੀ ਬੰਨ੍ਹਣ ਤੋਂ ਬਾਅਦ ਇਹ ਤੋਂ ਵੱਡੀ ਕਿਹੜੀ ਗੱਲ ਹੋ ਗਈ ਜਦੋਂ ਇਹਨਾਂ ਨੇ ਫੈਮਿਲੀ ਨੇ ਕਹਿ ਹੀ ਦਿੱਤਾ ਕਿ ਜਦੋਂ ਇਹਨੇ ਤੁਹਾਨੂੰ ਭੈਣ ਮੰਨ ਲਿਆ ਕਿ ਗੁੱਟ 'ਤੇ ਰੱਖੜੀ ਬੰਨ੍ਹ ਲਏ ਅਤੇ ਛੇੜਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਉਸ ਤੋਂ ਬਾਅਦ ASI ਨੇ ਕਿਹਾ ਕਿ ਚਲੋ ਤੁਹਾਡਾ ਇੱਥੇ ਰਾਜੀਨਾਮਾ ਕੀਤਾ ਜਾ ਰਿਹਾ, ਜਿਹੜਾ ਵੀ ਕੋਈ ਪਹਿਲ ਕਰੇ ਉਹਦਾ 20,000 ਰੁਪਏ ਜੁਰਮਾਨਾ ਪਏਗਾ। ਅੱਜ ਕੀ ਆ? ਅੱਜ ਸਰ ਮੈਂ ਤੁਹਾਨੂੰ ਦੱਸਦਾ ਅੱਜ ਦੀ ਕੀ ਵਾਰਦਾਤ ਹੈ। ਅੱਜ ਮੈਂ ਸਰ ਸਵੇਰੇ ਕੰਮ 'ਤੇ ਗਿਆ, ਮੈਨੂੰ ਡੈਡੀ ਦਾ ਫੋਨ ਆ ਗਿਆ ਕਿ ਘਰੇ ਮੰਡੀਰ ਆਈ ਆ ਕਿਰਪਾਨਾ ਕਰੂ ਉਹਨਾਂ ਦਾ ਅਤਰ ਲੈ ਕੇ।
बाकी मैं घर च शक्लां सारियां पहचानदा, शक्लां जे कहोगे मैं फिर भी तुहानूं दिखा दूंगा कि यह शख्स हैगा जी। नाल राती सर मैनूं इन्हां ने डक्या, इन्हां ने गलबात की, बंदा पेश नहीं होया सामने, जनानियां भेजतियां जी मेरे घर। जद मेरी माँ तुहाडे घर नहीं आ रही, मेरी तुहाडियां जनानियां आउण दा मतलब मेरे घर नहीं हैगा। मैनूं राह च इन्हां ने खिलार के गल पुछी कि गल है, तुसीं की चाहुंदे हो? मैं कहा असीं तां कुछ वी नहीं चाहुंदे, असीं तां कम्म करन वाले बंदे ही चाहुणा तुहाडे कोल। जिहड़ी गल हो गई उत्थे चौंकी हो ही गई है, जिहड़ा पहल करेगा 20,000 रुपये जुर्माना देगा। पर सर इन्हां ने अज पहल की सवेरे, मैं कम्म तों घर आया, मैनूं डैडी ने फोन किया कि घरे लड़ाई हो गई, छेती आया। मैं चौंकी चला गया, पहले सब तो पहले चौंकी गया, उन्होंने मैंने SI साहब ने कहा कि शामी आवांगा जी। मैं कहा सर जो उस टाइम आ जाते ना तो यह सीन नहीं सी होना जी, अब मेरी माँ मर गई है। मुंडा सूरज भी फड़ाओ, मर्डर केस दा केस तुहानूं पता ही है, मैनूं की ते केड़ी तारा वजनी आ। सर तोड़े इन्होंने आप ही तोड़े है, साडा नाम ला रहे है महल हो सकते जे दे सकदे। इको गली विच रहंदे दोने? नहीं सर मेरा कदे शो अगे हैगी है, मोहन प्रॉपर्टी डीलर दे ओपोजिट मेरा घर हैगा। हां जी दूजा घर। हां जी गोलियां उन्होंने दे घर दे लागे चलीयां? हां जी उन्होंने चलाईयां सर, गोलियां इत्थों लैके उत्थे तक चलाउंदे रहे। आपां दोवें भरा उधरों भज्जे आए आ, आपां के वेखी कर करना कि इन्हां ने सर फायर कड्डे सरेआम। ਤੇ ਉਹ ਮੰਮੀ ਤੇ ਰਿਕਸਪਾਇਰ ਹੋ ਗਏ ਸਰ? ਐਕਸਪਾਇਰ ਕਰ ਗਏ ਮੰਮੀ। ਉਹ ਸਰਕਾਰੀਆ ਕੀ ਕਹਿੰਦੇ ਨੇ ਸਰ? ਉਹ ਕਹਿੰਦੇ ਤੁਹਾਨੂੰ ਇਨਸਾਫ ਦਵਾਂਗੇ, ਉਹ ਦੇਖੋ ਕੀ ਕਰਦੇ ਪਏ ਸਰ। ਮੈਂ ਜਿਹੜੀਆਂ ਲੇਡੀਜ਼ ਲੈ ਕੇ ਗਏ ਆ ਪੁਲਿਸ ਵਾਲੇ, ਉਹ ਕੌਣ ਆ ਜੀ? ਸਰ ਉਹਨਾਂ ਦੀ ਮੰਮੀ ਸੂਰਜ ਦੀ ਮੰਮੀ ਪਲੱਸ ਉਹਨਾਂ ਦੀ ਦਾਦੀ ਮਾਂ ਤੇ ਸਾਰੀ ਸਾਰੇ ਨਾਲੇ। ਇੱਕ ਗੱਲ ਹੋਰ, ਮੈਨੂੰ ਜਿੱਥੋਂ ਤੱਕ ਮੇਰੀ ਸੋਚ ਕਹਿੰਦੀ ਆ ਕਿ ਉਹਨਾਂ ਦਾ ਮੁੰਡਾ ਕੁਛ ਵੀ ਨਹੀਂ ਸੀ ਕਰਨਾ ਚਾਹੁੰਦਾ, ਇਹਨਾਂ ਦੀ ਮਾਂ ਦਾਦੀ ਇਹੋ ਹੀ ਹੱਲਾਸ਼ੇਰੀ ਦੇ ਕੇ ਨਾ ਰੋਜ਼ ਉਹਨੂੰ ਉਕਸਾਉਂਦੇ ਸੀ, ਠੀਕ ਹੈ, ਉਸਕਾਉਂਦੇ ਸੀ ਕਿ ਤੁਸੀਂ ਜਾ ਕੇ ਕਰੋ ਕੁਛ। ਜਦਕਿ ਮੁੰਡਿਆਂ 'ਚ ਲੜਾਈ ਹੈ, ਮਾਵਾਂ ਦਾ ਮਤਲਬ ਨਹੀਂ ਮੰਨਦਾ ਕਿਸੇ ਦੇ ਬੂਹੇ ਅੱਗੇ ਆਉਣ ਦਾ। ਜਦਕਿ ਮੇਰੀ ਮਾਂ ਤੁਹਾਡੇ ਬੂਹੇ ਅੱਗੇ ਨਹੀਂ ਆਈ, ਤੁਸੀਂ ਆਪਣੀ ਮਾਂ ਨੂੰ ਕਿਉਂ ਮੇਰੇ ਬੂਹੇ ਅੱਗੇ ਭੇਜ ਦੇ ਭੇਜੋ? ਮਾਤਾ ਦਾ ਨਾਮ ਕੀ ਸਰ? ਮੇਰੀ ਮਾਤਾ ਦਾ ਨਾਮ ਲਤਾ ਜਨਾ। ਠੀਕ ਠੀਕ ਹੈ। ਕਿੰਨੀ ਉਮਰ ਹੈ ਉਹਨਾਂ ਦੀ? ਸਰ 20-30 ਦੀ ਏਜ ਦੀ ਹੈਗੀ ਜੀ। ਠੀਕ ਹੈ। ਇਹ ਇਸ ਤਰ੍ਹਾਂ ਹੋਇਆ, ਇੱਥੇ ਲੇਡੀ ਆ ਜੀ, ਲੇਡੀ ਆ ਦਾ ਨਾਮ ਲਤਾ ਵਾ, ਉਹਦੀ ਡੈਥ ਹੋਈ ਆ, 52 ਈਅਰ ਉਹਦੀ ਏਜ ਆ। ਉਹਦੇ ਵਿੱਚ ਜਿਹੜਾ ਇਹਦਾ ਮੁੰਡਾ ਵਾ ਸੂਰਜ, ਇਹਦਾ ਅਤੇ ਦੂਸਰੇ ਬੰਦੇ ਜਿਹੜਾ ਸੰਨੀ ਆ, ਸੰਨੀ ਦੀ ਵਾਈਫ ਜਿਹੜੀ ਆ, ਉਹਦਾ ਇਹਦੇ ਨਾਲ ਝਗੜਾ ਹੋਇਆ ਸੀ ਪਹਿਲਾਂ, ਛੇੜਖਾਨੀ ਦਾ, ਉਹਦੇ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਪਹਿਲਾਂ, ਫਿਰ ਇਹਨਾਂ ਦਾ ਅੱਜ ਦੁਬਾਰਾ ਝਗੜਾ ਹੋਇਆ। ਪਹਿਲਾਂ ਜਿਹੜਾ 4-5 ਮਹੀਨੇ ਪਹਿਲਾਂ ਝਗੜਾ ਹੋਇਆ ਸੀ, ਉਹ ਇਹਨਾਂ ਦਾ ਜਿਹੜੇ ਮੋਹਤਵਰ ਬੰਦੇ ਉਹਨਾਂ ਰਾਜੀਨਾਮਾ ਕਰਵਾਤਾ ਸੀ, ਅੱਜ ਸਵੇਰੇ ਫਿਰ ਝਗੜਾ ਹੋਇਆ। ਜਿਹੜੇ ਸੰਨੀ ਜਿਹੜਾ ਸੰਨੀ ਜਿਹੜੇ ਬੰਦੇ ਲਿਆ ਗਿਆ, ਉਹਦੇ ਵਿੱਚ ਇੱਕ ਬੰਦੇ ਨੇ ਗੋਲੀਆਂ ਚਲੀਆਂ, ਜਿਹੜੀ ਇਹਦੇ ਪੇਟ 'ਚ ਗੋਲੀ ਲੱਗੀ, ਇਹਦੀ ਡੈਥ ਹੋਈ। ਤਾਂ ਸਰ ਰੰਜਿਸ਼ ਕੀ ਚੱਲਦੀ ਪਈ ਸੀ ਇਹਦੇ ਬਾਰੇ ਕੀ ਜਾਣਕਾਰੀ? ਰੰਜਿਸ਼ ਇਹਨਾਂ ਦੀ ਇਹ ਸੀਗੀ ਕਿ ਜਿਹੜਾ ਦੋਸ਼ੀ ਸੰਨੀ ਆ, ਇਹਦੇ 'ਤੇ ਇਹਨਾਂ ਐਲੀਗੇਸ਼ਨ ਲਾਇਆ ਸੀਗਾ ਸੰਨੀ ਦੀ ਵਾਈਫ ਨੇ ਦੂਸਰੇ ਮੁੰਡੇ ਸੂਰਜ 'ਤੇ, ਜਿਹਦੀ ਡੈਥ ਹੋਈ ਆ ਉਹਦੇ ਮੁੰਡੇ ਸੂਰਜ 'ਤੇ ਲਾਇਆ ਸੀਗਾ ਕਿ ਉਹਨੂੰ ਛੇੜਖਾਨੀ ਕਰਦਾ ਰਾਏ ਵਗੈਰਾ, ਇਸ ਕਰਕੇ ਇਹਨਾਂ ਦਾ ਪਹਿਲਾਂ ਹੋਇਆ ਸੀਗਾ, ਜਿਹਦੇ ਵਿੱਚ ਇਹਨਾਂ ਦਾ 4-5 ਮਹੀਨੇ ਪਹਿਲਾਂ ਕੰਪਰੋਮਾਈਜ਼ ਹੋ ਚੁੱਕਾ ਸੀ, ਦੁਬਾਰਾ ਫਿਰ ਇਹਨਾਂ ਦੀ ਉੱਤੇ ਤਕਰਾਰ ਹੋਈ। ਸਰ ਇੱਕੋ ਇਲਾਕੇ ਦੇ ਵਿੱਚ ਰਹਿੰਦੇ ਦੋਨੇ ਜਣੇ? ਹਾਂ ਇੱਕੋ ਇਲਾਕੇ ਦੇ, 5-6 ਘਰ ਛੱਡ ਕੇ ਇਹਨਾਂ ਦੇ ਘਰ ਨੇ। ਗੋਲੀਆਂ ਹੋਰ ਕਿੰਨੀਆਂ ਕੁ ਚੱਲੀਆਂ ਨੇ? 4 ਸਾਨੂੰ ਖਾਲੀ ਖੋਲ ਉੱਥੇ ਮਿਲੇ। ਤਾਂ CCTV ਕੈਮਰੇ ਵੀ ਕਿਹਾ ਜਾ ਰਿਹਾ ਤੋੜ ਦਿੱਤੇ ਗਏ, ਨਜ਼ਰ ਵੀ ਆ ਰਹੇ ਸੜਕ ਦੇ ਉੱਤੇ ਪਏ, ਉਹ ਸਰ ਚੈੱਕ ਕਰ ਰਹੇ ਹਾਂ। ਉਸ ਤੋਂ ਇਲਾਵਾ ਹੋਰ ਕੋਈ ਜਾਨੀ ਖਤਰਾ ਤਾਂ ਨਹੀਂ ਕੋਈ ਹੋਇਆ ਕਿ ਲੇਡੀਜ਼ ਤੋਂ ਇਲਾਵਾ? ਨਹੀਂ ਹੋਰ ਹੋਇਆ ਤਾਂ ਕੋਈ ਨੋਟਿਸ ਨਹੀਂ। ਤਾਂ ਕਿਸ ਤਰ੍ਹਾਂ ਸਰ ਅਮਲ 'ਚ ਲੱਦੀ ਕੋਈ ਗ੍ਰਿਫਤ ਵਿੱਚ ਆਇਆ ਹੁਣ ਤੱਕ? ਕਰ ਰਹੇ ਹਾਂ, ਕਾਰਵਾਈ ਕਰ ਰਹੇ ਹਾਂ। ਲਾਇਸੈਂਸੀ ਪਿਸਤੌਲ ਹੀ ਕਿਸੇ ਦੂਜੀ? ਉਹ ਚੈੱਕ ਕਰ ਰਹੇ ਹਾਂ, ਇਨਵੈਸਟੀਗੇਸ਼ਨ ਕਰ ਰਹੇ ਹਾਂ। ਤਾਂ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ? ਹਾਂ ਸਰ, ਦੇ ਬਟਾਲਾ ਰੋਡ ਤੇ ਪੁਰਾਣੇ ਰੰਜਿਸ਼ ਤੇ ਚੱਲਦਿਆਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ 17ਵੀਂ ਵਾਰਸੀ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਾਧੂ ਸਿੰਘ ਧਰਮ ਸੌਧ ਸ਼ਹਿਦਾ ਦੇ ਫੁੱਲ ਭੇਟ ਕਰਨ ਲਈ ਪੁੱਜੇ। ਪਿੰਡ ਟੌੜਾ ਵਿਖੇ ਪਰਿਵਾਰ ਦੇ ਮੈਂਬਰ, ਸਾਬਕਾ ਲੋਕ ਨਿਰਮਾਣ ਮੰਤਰੀ ਹਰਮੇਲ ਸਿੰਘ ਟੌੜਾ, ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਕੁਲਦੀਪ ਕੌਰ ਟੌੜਾ, ਸਰਦਾਰ ਹਰਿੰਦਰਪਾਲ ਸਿੰਘ ਟੌੜਾ ਅਤੇ ਹੋਰ ਆਗੂ ਨਜ਼ਰ ਆ ਰਹੇ ਸਨ। ਸਰਦਾਰ ਸਾਧੂ ਸਿੰਘ ਧਰਮ ਸੌਧ ਨੇ ਇਸ ਮੌਕੇ ਕਿਹਾ ਕਿ ਜਿਸ ਸਾਹਿਬ ਦੇ ਸੰਦਰਭ ਦੇ ਨਾਲ ਪੰਥਰਾ ਦਿਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਆਪਣੀ ਲੋੜਾਂ ਨੂੰ ਸੀਮਤ ਰੱਖ ਕੇ ਪੰਥ ਦੇ ਮਾਨਵਤਾ ਦੀ ਸੇਵਾ ਕੀਤੀ, ਉਹ ਅੱਜ ਵੀ ਆਪਣੇ ਇਸ ਸਾਦੇਪਣ ਲਈ ਯਾਦ ਕੀਤੇ ਜਾਂਦੇ ਨੇ। ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਦੀ ਅੱਜ ਬਰਸੀ ਹੈ, ਸਾਲਾਨਾ ਹਰ ਸਾਲ ਮਨਾਈ ਜਾਂਦੀ ਹੈ। ਇਸ ਸਾਲ ਵੀ ਭਾਵੇਂ ਕੋਵਿਡ ਦੀ ਬਿਮਾਰੀ ਪੂਰੀ ਦੁਨੀਆ 'ਚ ਫੈਲੀ ਹੋਈ ਹੈ ਔਰ ਇਕੱਠ ਤਾਂ ਨਹੀਂ, ਪਰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹਮੇਸ਼ਾ ਟੌੜਾ ਸਾਹਿਬ ਦਾ ਸਤਿਕਾਰ ਜਿੱਥੇ ਕੀਤਾ, ਉਹਨਾਂ ਦੇ ਜਾਣ ਤੋਂ ਬਾਅਦ ਅੱਜ ਵੀ ਉਹਨਾਂ ਦਾ ਸਤਿਕਾਰ ਕਾਇਮ ਹੈ ਔਰ ਪੰਜਾਬ ਸਰਕਾਰ ਵੱਲੋਂ ਮੇਰੀ ਇੱਥੇ ਖਾਸ ਡਿਊਟੀ ਲਗਾਈ ਗਈ ਕਿ ਉਹਨਾਂ ਦੇ ਜੋ ਸਾਲਾਨਾ ਸਮਾਗਮ ਹੈ, ਭਾਵੇਂ ਪਰਿਵਾਰਕ ਛੋਟਾ ਸਮਾਗਮ ਹੈ, ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਇਆ ਔਰ ਇਹ ਵੀ ਅੱਜ ਦੇ ਉਹਨਾਂ ਦੇ ਦਿਨ 'ਤੇ ਹੀ ਕਹਾਂਗਾ
कि उन्हों की बरसी ते जिन्ना सबर और संतोख दे नाल मानवता लई अपनियां लोड़ां नू सीमित रख के पॉलिटिक्स और दुनिया की सेवा की है देश भर की पंथ की पंथ रतन उन्होंने कहा गया पंथ रतन एक बहुत वड्डी गल है अज भी सानू उन्हां दे पद चिन्हां ते चल के उन्हां दियां सिक्ख्या लै के सबर संतोख नाल अपनियां लोड़ां संजम च अपनियां लोड़ां सीमित रख के और सादे पुण दे राही लोकां च विचर के लोकां दी सेवा करिए। वाहिगुरू जी का खालसा वाहिगुरू जी की फतह। हां साडे बटाला रोड ते पुराने नंजे ते चलदे आ। सो हुण अगली खबरां समाप्त करदे आ। धन्यवाद।